हाँ जी, ਕਿਦਾਂ ਕੀ ਹਾਲ ਚਾਲ ਆ? ਹੋਪ ਸੋ ਸਾਰੇ ਨੇ ਵਧੀਆ ਤੇ ਠੀਕ ਠਾਕ ਹੋਣਗੇ। ਵੈਲਕਮ ਅਗੇਨ ਟੂ ਕਰ ਦਿੱਤਾ ਭਾਈ ਸਾਜੇ ਕੋਰ ਵੀਡੀਓ ਦਾ ਤੁਹਾਡਾ ਸਵਾਗਤ ਹੈ। ਅੱਜ ਦੀ ਵੀਡੀਓ ਹੋਣ ਲੱਗੀ ਆਪਣੀ ਕੈਨੇਡਾ ਦੇ ਲੋਕਾਂ ਦੇ, ਹੈਗੇ ਤਾਂ ਪੰਜਾਬੀ ਆ ਪਰ ਯੂ ਨੋ ਬ੍ਰੋ ਕੈਨੇਡਾ ਜਾ ਕੇ ਉਹਨਾਂ ਦਾ ਸਲੈਂਗ ਬਦਲ ਗਿਆ ਹੈਗਾ, ਸੋ ਆਪਾਂ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਗੱਲ ਕਰਾਂਗੇ। ਅੱਜ ਦੀ ਵੀਡੀਓ ਆਪਾਂ ਉਹਨਾਂ ਬੰਦੇ ਤੇ ਬਣਾਵਾਂਗੇ ਜਿਹੜੇ ਇੱਥੇ ਇੰਡੀਆ ਤੋਂ ਜਾ ਕੇ ਕੈਨੇਡਾ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਗੁੱਸੀ ਗੁੱਸੀ ਬੋਰ ਲੈਤੇ ਹੈ। ਸੋ ਵੀਡੀਓ ਦੇ ਐਂਡ ਤੱਕ ਜ਼ਰੂਰ ਬਣੇ ਰਹੋ ਤੇ ਮੇਨ ਕੰਮ ਕੀ ਕਰਨਾ, ਡੂ ਸਬਸਕ੍ਰਾਈਬ ਟੂ ਦਿਸ ਚੈਨਲ, ਕਿਉਂਕਿ ਸਬਸਕ੍ਰਾਈਬ ਕਰਨਾ ਨਾ ਇੱਕ ਤੁਹਾਡਾ ਹੌਸਲਾ ਵੱਧ ਗਿਆ, ਨਹੀਂ ਯਾਰ ਆਪਣੇ ਇੰਨੇ ਹੋ ਗਏ ਆਪਾਂ ਹੋਰ ਕਰੀਏ, ਆਪਾਂ ਹੋਰ ਗਰੋ ਕਰੀਏ, ਹੋਰ ਗਰੋ ਕਰੀਏ, ਸੋ ਇਟਸ ਫ੍ਰੀ, ਸੋ ਹੁਣੀ ਜਾ ਕੇ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਐਂਡ ਤੱਕ ਇੰਜੋਏ ਜ਼ਰੂਰ ਕਰਿਓ। ਆਓ ਜ਼ਿਆਦਾ ਟਾਈਮ ਵੇਸਟ ਨਾ ਕਰੀਏ ਤੇ ਕਰਦੇ ਹਾਂ ਵੀਡੀਓ ਸ਼ੁਰੂ। ਆਪਣੇ ਮੇਨ ਟੌਪਿਕ ਦੀ ਯਾਨੀ ਕਿ ਕੈਨੇਡਾ ਵਾਲੇ, ਸੋ ਪਹਿਲਾਂ ਮਿਲਾਨੇ ਤੁਹਾਨੂੰ ਸਨੇਹਾ ਕਤਿਆਲ ਜੀ ਨਾਲ। ਯਾਰ ਨਸੀਬਾਂ ਦੇ ਨਾਲ ਮਿਲਦਾ ਯਾਰ ਬਣਾ ਕੇ ਰੱਖ ਲੈ ਗਹਿਣਾ, ਓਹੋ ਤੇਰਾ ਕੀ ਕਹਿਣਾ। ਇਹ ਵੀਡੀਓ ਪਾਈ ਗਈ ਹੈਗੀ ਆਪਣੀ ਏਂਜਲ ਭਾਬੀ ਵੱਲੋਂ ਟੂ ਐਕਸ ਭਾਬੀ ਸਨੇਹਾ ਕਤਿਆਲ ਜੀ ਲਈ, ਕਿ ਯਾਰ ਨਸੀਬਾਂ ਦੇ ਨਾਲ ਮਿਲਦੇ। ਇਹ ਤਾਂ ਸਰਾਸਰ ਝੂਠ ਆ ਯਾਰ, ਵਿਊਜ਼ ਤੇ ਫੋਲੋਅਰਸ ਦੇ ਨੰਬਰਸ ਨਾਲ ਮਿਲਦੇ ਆ ਕਿ ਹਾਂ ਨਹੀਂ ਅੱਛਾ ਤੇਰੇ ਇੰਨੇ ਆ, ਮੇਰੇ ਇੰਨੇ, ਆਪਾਂ ਇਕੱਠੇ ਮਿਲ ਕੇ ਵਲੌਗ ਬਣਾਵਾਂਗੇ, ਆਪਾਂ ਹੋਰ ਫੇਮਸ ਹੋ ਜਾਵਾਂਗੇ, ਤੇਰੇ ਵਾਲੇ ਮੇਰੇ ਵੱਲ, ਮੇਰੇ ਵਾਲੇ ਤੇਰੇ ਵੱਲ, ਕਲੈਬ ਕਲੈਬ ਚ ਦੁਨੀਆ ਚੱਲਦੀ ਹੈ। ਨਹੀਂ ਤਾਂ ਦੇਖਿਆ ਕਿਤੇ ਹਾਂ ਕੋਈ ਘੱਟ ਫੋਲੋਅਰ ਵਾਲਾ ਸਨੇਹਾ ਭਾਬੀ ਦੇ, ਆਪਣੇ ਸਨੇਹਾ ਭਾਬੀ ਦੇ ਚਲੋ ਰਹੀ ਨਹੀਂ, ਆਪਣੀ ਆਪਣੀ ਏਂਜਲ ਭਾਬੀ ਦੇ ਲਾਗੇ ਛਾਗੇ ਹੋਵੇ ਨਾ, ਫੇਮਸ ਆ ਬੰਦੇ ਜਿਹੜੇ ਫੇਮਸ ਫੂਮਸ ਹੈਗੇ ਨਾ, ਇਹਨਾਂ ਕੋਲ ਲਾਗੇ ਛਾਗੇ ਨਹੀਂ ਦੇਖਦੇ ਕਿ ਹਾਂ 5000 ਵਾਲੇ 10000, ਨਾ 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 ਨਾ, ਲੱਖ ਪਲੱਸ ਫੋਲੋਅਰ ਆ, ਵੀ ਆਰ ਫਰੈਂਡਸ, ਇਦਾਂ ਹਿਸਾਬ ਆ। ਬਾਕੀ ਵੈਲਕਮ ਹੋ ਚੁੱਕਾ ਇਹਨਾਂ ਦਾ ਕੈਨੇਡਾ ਵਿੱਚ, ਸੋ ਬਾਕੀ ਦੀ ਗੱਲ ਆਪਾਂ ਕਰ ਦਿੰਦੇ ਹਾਂ ਅੱਗੇ। ਹੁਣ ਨਾ ਤੇਰੀ ਕਾਲ ਆਈ ਰੇ ਮੋਟੋ ਮੈਨੂੰ ਕਹਿਣ ਵਾਲਿਆ, ਹੁਣ ਨਾ ਤੇਰੀ ਕਾਲ ਆਈ ਵੇ ਮੋਟੋ ਮੈਨੂੰ ਕਹਿਣ ਵਾਲਿਆ। ਅੱਛਾ ਜੀ ਠੀਕ ਹੈ, ਨੰਬਰ ਤੇ ਦਿੱਤਾ ਨਹੀਂ, ਫੋਨ ਕਿੱਥੇ ਆਪਾਂ, ਮੈਂ ਅੱਜ ਜੁੱਤੀ ਤੇ ਲਾ ਦਈਏ, ਕਿਹੜੀ ਗੱਲ ਤੇ ਕਰੀਏ ਫੋਨ। ਪਰ ਕੈਨੇਡਾ ਜਾ ਕੇ ਤਾਂ ਥੋੜਾ ਜਿਹਾ ਸੁਭਾਅ 'ਚ ਬਦਲਾਅ ਆਇਆ, ਜ਼ਰੂਰ ਆਇਆ, ਕਿਉਂਕਿ ਯੂ ਨੋ ਮਾਡਰਨ ਹੋਣਾ ਪੈਂਦਾ। ਇਟਸ ਨੋਟ ਅਬਾਊਟ ਕਲੋਥਿੰਗ, ਮੈਂ ਇਸ ਚੀਜ਼ ਤੋਂ ਕਹਿ ਰਿਹਾ, ਇਗਨੋਰ ਕਰਿਓ, ਇੰਨਾ ਛੋਟਾ ਦਿਮਾਗ ਨਹੀਂ ਹੈਗਾ ਮੇਰਾ, ਬਟ ਜਿਹੜੀ ਗੱਲਾਂ ਤੋਂ ਆਇਆ ਉਹ ਤੁਹਾਨੂੰ ਉਹ ਵੀ ਦੱਸਾਂਗੇ ਹੌਲੀ ਹੌਲੀ। ਦੁਨੀਆ ਜਿਤਨੀਆਂ ਠੀਕ ਆ, ਕਿਵੇਂ ਠੌਂਕੇ ਲਾ ਕੇ ਜਾਂ ਆਪਣੇ ਘਰ ਦੀਆਂ ਪ੍ਰੋਬਲਮਾਂ ਦੱਸ ਕੇ ਕਿ ਹੈਲੋ ਹਾਏ ਗਾਇਸ, ਹਮ ਐਸੇ ਹੋ ਗਏ, ਹਮ ਵੈਸੇ ਹੋ ਗਏ, ਮਾਰਾ ਯੇ ਹੋ ਗਿਆ, ਮਾਰਾ ਵੋ ਹੋ ਗਿਆ, ਅੱਜ ਹਮ ਯਹਾਂ ਜਾ ਰਹੇ ਹਾਂ ਵਹਾਂ ਜਾ ਰਹੇ, ਇੱਦਾਂ ਦੁਨੀਆ ਜਿੱਤਦੀ ਨਹੀਂ, ਦੁਨੀਆ ਹੱਸਦੀ ਆ। ਅਤੇ ਇਹ ਗਾਣਾ ਵੈਸੇ ਕੁੜੀਆਂ ਲਈ ਹੁੰਦਾ ਆ, ਤੁਸੀਂ ਕੁੜੀ ਹੋ ਕੇ ਆਰ ਯੂ ਲੈਸਬੀ, ਤਾਂ ਤਾਂ ਨਹੀਂ ਛੱਡਦਾ ਕਿਤੇ ਉਹਨੂੰ, ਗੜਬੜ ਲੱਗ ਰਹੀ ਹੈ, ਏਸੀ ਵੀ ਪ੍ਰਦਿਵਨ ਇਕੱਠਾ ਕਰਨਾ ਪੈਣਾ ਮੈਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਇਹ ਭੈਣ ਹੀ ਆ ਵੇ, ਚੰਡ ਮਾਰਾ ਕਰਾ ਕੇ ਸੋ, ਇੱਦਾਂ ਨਹੀਂ ਜਿਹਦਾ ਕੁੱਤੀ ਦੇ ਪੈਰ ਜੋ ਸੂਈ ਕੁੱਤੀ ਦੇ ਪੈਰ ਰੱਖਦਾ ਹੋਵੇ ਤਾਂ ਨਿਆਣਾ ਚੱਕ ਲਵੇ, ਕਿੱਦਾਂ ਟੁੱਟ ਕੇ ਪੈਂਦੇ ਉਹਦੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਇਹਨੂੰ ਬੰਦੇ ਨੂੰ ਦੇਖ ਕੇ ਇੰਨੀ ਖਿੱਚ ਚੜ ਜਾਣਾ ਸੌਣ ਲੱਗੇ, ਅਗਰ ਯੂਜ਼ ਵੀ ਐਜ਼ ਅ ਡਸਟਬਿਨ ਬਟਨ ਹੁੰਦਾ ਨਾ, ਆ ਭੈਣ ਚ ਬੰਦੇ ਦੀ ਫੋਟੋ ਲਾਣੀ ਸੀ ਮੈਂ ਉੱਥੇ। ਤੁਸੀਂ ਸੋਨੀ ਲਿਆ ਹੋਣਾ ਅੱਜ, ਕਿੰਨੀ ਜ਼ਬਰਦਸਤ ਆਵਾਜ਼ ਹੈ, ਕੀ ਸਟਾਰ ਸਟਾਰ ਸਨੇਹਾ ਕਤਿਆਲ ਅੱਜ ਕੈਨੇਡਾ ਦਾ ਵੀਜ਼ਾ ਲੈ ਚੁੱਕੀ ਹੈ ਮੇਰੀ। ਵਾਟ ਅ ਲਾਈਫ ਟਾਈਮ ਅਚੀਵਮੈਂਟ ਬ੍ਰੋ, ਓਹੋ ਇਸਟਾ ਸਟਾਰ ਭੈਣ ਜੋ, ਇੱਦਾਂ ਬੋਲਿਆ ਜਿੱਦਾਂ ਕਿ ਕੀ ਹੋਇਆ ਪੰਜਾਬ ਲਈ ਕੋਈ ਮੈਡਲ ਜਿੱਤ ਕੇ ਲਿਆਤਾ, ਕੋਈ ਖਿਤਾਬ ਜਿੱਤ ਲਿਆ, ਕੋਈ ਰਿਕਾਰਡ ਬਣਾਤਾ, ਕਰਦੇ ਤਾਂ ਲੁੱਚ ਪੁਣੀ ਆ। ਅਗਰ ਮੈਂ ਸਟ੍ਰੇਟ ਫੈਕਟਸ 'ਤੇ ਆਵਾਂ, ਛੋਟੀ ਉਮਰੇ ਵਿਆਹ, ਡਿਵੋਰਸ, ਬਣਨੀ ਨਹੀਂ ਲੜਾਈਆਂ, ਕੱਟ ਮਾਰ ਲੈਣੇ ਆਪਣੇ, ਉਸ ਤੋਂ ਬਾਅਦ ਕਿ ਹਾਂ ਆਪਾਂ ਇਹ ਆਪਾਂ ਉਹ, ਇਹ ਸਾਡੀ ਕੁੱਟਮਾਰ, ਸਾਡੇ ਇਹ ਸਾਡੀ ਫੈਮਿਲੀ, ਇਹ ਸਾਡੀ ਉਹ, ਇਹਨੂੰ ਸਟਾਰ ਕਹਿੰਦੇ ਆ। ਅੱਛਾ ਮੈਨੂੰ ਨਹੀਂ ਪਤਾ ਸੀ, ਮੈਂ ਤਾਂ ਇਹਨੂੰ ਕੰਜਰਖਾਨਾ ਕਹਿੰਦੇ ਲੱਗਦੇ ਆ। ਤੇ ਕੈਨੇਡਾ ਦਾ ਵੀਜ਼ਾ ਲੱਗ ਗਿਆ ਜੀ, ਉਹ ਕਿੰਨੀ ਵੱਡੀ ਅਚੀਵਮੈਂਟ, ਆਪਣੇ ਲੋਕਾਂ ਦੀ ਅਚੀਵਮੈਂਟ ਪੈ ਜਾਓ, ਸਮਝ ਨਹੀਂ ਆਉਂਦੀ ਲੋਕੀ ਚਾਹੁੰਦੇ ਜਾਣ ਡੇ ਆ, ਜਾਂ ਲੋਕੀ ਬਹੁਤ ਵਧੀਆ ਆਪਣੀ ਕੋਈ ਕੋਈ ਆਪਣਾ ਕੰਮ ਸ਼ੁਰੂ ਕਰਦਾ ਪਿਆ, ਕੋਈ ਵਧੀਆ ਸਟਾਰਟਅਪ ਸ਼ੁਰੂ ਕਰਦਾ ਪਿਆ, ਕੋਈ ਲਾਈਕ ਜਿੱਦਾਂ ਆਪਣੇ ਸ਼ਾਰਕ ਟੈਂਕ ਆਇਆ ਹੈਗਾ ਉਹ 'ਚ ਦੇਖਦਾ ਸੀ ਲੋਕੀ ਕਿੰਨਾ ਦਿਮਾਗ ਲਾਉਣਾ, ਇਹ ਤਾਂ ਕੁਛ ਵੀ ਨਹੀਂ ਵਿਹਲੇ ਬੈਠੇ ਘਰੇ ਸੋਚੀ ਜਾਂਦੇ ਕੀ ਕਰਨਾ ਕਿ ਨਹੀਂ, ਇਹ ਵੀਡੀਓ ਬਣਾ ਲੈਂਦੇ, ਬਟ ਨਾ ਕਹਿਣਾ ਜਾਣਾ ਇਟਸ ਅਚੀਵਮੈਂਟ ਦਫਾ ਉਹ। ਹਾਲੇ ਵੀ ਪਤਾ ਨਹੀਂ ਕਿਉਂ ਠੋਕਰਾਂ ਵੱਜਦੀਆਂ ਨੇ ਮਾਂ, ਹੁਣ ਤਾਂ ਮੈਂ ਚੱਪਲਾਂ ਵੀ ਸਿੱਧੀਆਂ ਪਾਉਣਾ। ਜਰਾਬ ਲਿਆਂਦੇ ਸੀ ਗੱਲ ਨਵੀਆਂ ਚੱਲੂਗੀਆਂ, ਨਹੀਂ ਨੱਕ ਨੁੱਕ ਪੂੰਝ ਲਿਓ ਆਪਣਾ, ਮੈਂ ਵੀ ਅੱਖਾਂ ਨੱਪ ਕੇ ਦੇਖਿਆ ਆਂਸੂ ਨਿਕਲਦੇ, ਵਾਸੀ ਮਾਰ ਕੇ ਵੀ ਪਾਣੀ ਨਿਕਲਣ ਦਾ, ਪਾ ਦਿਓ ਸਟੋਰੀ ਕੀ ਕਰੇ, ਇਕੱਲੇ ਆ, ਇਕੱਲੇ ਰਹਿ ਗਏ ਆ, ਉਹ ਇੱਦਾਂ ਹੋ ਗਿਆ, ਇਹ ਲਾਈਕ ਇਮੋਸ਼ਨਲ ਡੈਮੇਜ ਕਰਨਾ ਲੋਕਾਂ ਨੂੰ, ਕਿ ਨਹੀਂ ਆਪਾਂ ਆਪਾਂ ਲੋਕਾਂ ਨੂੰ ਇਮੋਸ਼ਨਲੀ ਬਣਾਉਣਾ, ਕਿ ਨਹੀਂ ਆਪਾਂ, ਤੁਸੀਂ ਇਕੱਲੇ ਕੈਨੇਡਾ ਆਏ ਹੋ, ਕਿੰਨੇ ਬੰਦੇ ਹੈਗੇ, ਤੁਸੀਂ ਤਾਂ ਫੇਰ ਵੀ ਲਾਈਕ ਤੁਸੀਂ ਗੋਲਡਨ ਸਪੂਨਸ ਹੋ ਕੈਨੇਡਾ ਦੇ ਵੀ, ਕਿ ਹਾਂ ਨਹੀਂ ਤੁਸੀਂ ਫੇਮਸ ਹੋ, ਤੁਹਾਨੂੰ ਜਾ ਕੇ ਟਰੱਕ ਵਾਲਿਆਂ ਨੇ, ਕਾਲਜ ਵਾਲਿਆਂ ਨੇ, ਜਾਂ ਫਿਰ ਜਿਹੜੇ ਆ ਵਰਕ ਵਰਕ ਪਰਮਿਟ ਵਾਲੇ ਜਿਹੜੇ ਹੁੰਦੇ ਜਾਲੀ, ਇਹ ਜਾਂ ਕੋਈ ਹੋਰ ਕੰਮ ਕਰ ਵਾਲੇ ਨੇ ਤੁਹਾਨੂੰ ਹਾਇਰ ਕਰ ਲੈਣਾ, ਕਿਉਂ ਬਿਕੋਜ਼ ਯੂ ਹੈਵ ਨੰਬਰ ਆਫ ਫੋਲੋਅਰਸ, ਤੁਹਾਨੂੰ ਕੋਈ ਫੋਲੋਅਰਸ ਹੈਗੇ, ਫੇਮਸ ਹੈਗੇ ਆ, ਤੁਹਾਨੂੰ ਤਾਂ ਕੰਮ ਦੀ ਕੋਈ ਟੈਨਸ਼ਨ ਨਹੀਂ।
ਉਹਨਾਂ ਦਾ ਦੇਖੋ ਜਿਹੜੀ ਕੁੜੀਆਂ ਜਿਹੜੇ ਮੁੰਡੇ ਕੁਛ ਵੀ ਨਾ ਹੁੰਦਾ ਹੈ ਤੋ ਉੱਥੇ ਗਏ ਉੱਥੇ ਜਾ ਕੇ ਉਹਨਾਂ ਨੇ ਆਪਣੀ ਪਹਿਲਾਂ ਲਾਈਫ ਸਟਾਈਲ ਸਮਝਿਆ ਹੈ ਕੀ ਆ ਜ਼ਿੰਦਗੀ 'ਚ ਹੈ ਕਰਨਾ ਕੀ ਆ ਆਪਾਂ ਪਕਾਉਣਾ ਕੀ ਖਾਣਾ ਕੀ ਕਮਾਉਣਾ ਕੀ ਘਰੇ ਬਚਾਉਣਾ ਕੀ ਘਰੇ ਭੇਜਣਾ ਕੀ ਸਾਰਾ ਕੁਛ ਕਰਦੇ ਆ ਸਾਰੇ ਰੋਂਦੇ ਆ ਭੈਣ ਚੋ ਨੈੱਟ 'ਤੇ ਰੋਣਾ ਕੀ ਹੋ ਜਾਂਦਾ ਵਿਊਜ਼ ਹੋ ਜਾਂਦੇ ਆ ਲਾਈਕ ਆ ਜਾਂਦੇ ਆ ਲੋਕਾਂ ਦੇ ਮਨ 'ਚ ਆਉਂਦਾ ਹੋ ਯਾਰ ਤੇਰੇ ਤਾਂ ਇੱਥੇ ਵੀ ਸੈੱਟ ਹੀ ਸੀ ਬਲੌਗ 'ਤੇ ਚੱਲੀ ਜਾਂਦੇ ਹੈਗੇ ਆਪਣੀ ਮਜਬੂਰੀ ਨੂੰ ਗਈ ਆ ਜਾਂ ਆਪਣੇ ਲਾਈਫ ਸਟਾਈਲ ਨੂੰ ਗਈ ਆ ਕਿ ਹਾਂ ਵਧੀਆ ਜ਼ਿੰਦਗੀ ਹੋ ਜਾਵੇ ਫਿਰ ਰੋਣਾ ਕਾਹਦਾ ਚਲੋ ਰੋਵੋ ਇਹ ਨਹੀਂ ਕਹਿੰਦੇ ਆ ਬਟ ਸਚਾਈ ਨਾ ਸਾਹਮਣੇ ਆ ਸਕੇ ਯਾਰ ਹੁਣ ਇਹੋ ਜਿਹੇ ਘੂਸੇ ਕੰਮ ਨਾ ਕਰਿਆ ਕਰੋ ਕਿ ਹਾਂ ਤੁਹਾਨੂੰ ਕੋਲ ਆਪਣੇ ਕੋਲ ਚੀਜ਼ਾਂ ਮਿਲਦੀਆਂ ਪਈਆਂ ਕਿ ਹਾਂ ਕੋਈ ਗੱਲ ਨਹੀਂ ਆਪਾਂ ਕਰੀਏ ਕੁਛ ਵੀ ਇੱਦਾਂ ਉੱਦਾਂ ਬਟ ਲੋਕਾਂ ਦਾ ਸੋਚੋ ਜਿਹੜੇ ਨਵੇਂ ਨਵੇਂ ਆਏ ਉਹ ਤੁਹਾਡੀਆਂ ਗੱਲਾਂ 'ਚ ਆ ਜਾਊਗੇ ਕਿ ਹਾਂ ਤੁਹਾਨੂੰ ਕੋਲ 'ਚ ਇਹ ਕਰਾ ਦਾਂਗੇ ਤੁਹਾਡਾ ਅਸੀਂ ਵਰਕ ਪਰਮਿਟ ਦਵਾਉਂਦੇ ਸਾਨੂੰ ਇਹ ਕਰਾ ਦਾਂਗੇ ਉਹਨਾਂ ਕੋਲ ਪੈਸੇ ਖਾ ਲੈਂਦੇ ਆ ਕਮੈਂਟ ਸੈਕਸ਼ਨ ਤਾਂ ਹੀ ਆਫ ਹੁੰਦੇ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਕੀਤੇ ਲਿਖ ਕੇ ਦੇਣਾ ਚੀਜ਼ ਨੂੰ ਤੁਹਾਨੂੰ ਵੀ ਕਿਹਾ ਗਿਆ ਉਹ ਵੀ ਕੰਪਨੀ ਵਾਲੇ ਜਿਹਨਾਂ ਨੇ ਪ੍ਰਮੋਸ਼ਨ ਕਰਾਈ ਕਮੈਂਟ ਸੈਕਸ਼ਨ ਆਫ ਕਰ ਦੇਣਾ ਜੀ ਪਤਾ ਨਾ ਭੈਣ ਦੇ ਥੱਲੇ ਮਾਂ ਭੈਣ ਦੀਆਂ ਗਾਲਾਂ ਪੈਂਦੀਆਂ ਹੁਣ ਪ੍ਰਮੋਸ਼ਨ ਅਸੀਂ ਵੀ ਕਰਦੇ ਹਾਂ ਵੀਡੀਓ 'ਚ ਵੀ ਕੀਤੀ ਆ ਤੁਹਾਨੂੰ ਸਿੱਧਾ ਕਹਿੰਦਾ ਫੁੱਦੂ ਪ੍ਰਮੋਸ਼ਨ ਆ ਪੈਸੇ ਪੂਏ ਨਾ ਵੜੋ ਕਹੀਦਾ ਆ ਉਹਨਾਂ ਕੋਲ ਪੈਸੇ ਵੀ ਲਈਦੇ ਆ ਆਪਣੇ ਖਰਚੇ ਵੀ ਪੂਰੇ ਕਰੀਦੇ ਆ ਪਰ ਲੋਕਾਂ ਨੂੰ ਅਵੇਅਰ ਵੀ ਕਰੀਦਾ ਕਿ ਹਾਂ ਦੇਖੋ ਜੀ ਬ੍ਰੈਂਡ ਪ੍ਰਮੋਸ਼ਨ ਫੋਰ ਐਗਜ਼ਾਮਪਲ ਆਹ ਚੀਜ਼ ਆ ਇਹ ਖਾਣ ਪੀਣ ਦੇ ਕੰਮ ਆਉਂਦੀ ਆ ਜਿਮ ਦੇ ਕੰਮ ਆਉਂਦੀ ਆ ਕਿਸੇ ਚੀਜ਼ ਦੇ ਆਉਂਦੀ ਆ ਉਸ ਚੀਜ਼ ਦਾ ਮੈਂ ਕਿਹਾ ਸਕਦਾ ਗਰੰਟੀ ਚੱਕ ਸਕਦਾ ਕਿ ਕੋਈ ਚੱਕਰ ਨਹੀਂ ਯੂਜ਼ ਕਰਕੇ ਦੇਖ ਲਓ ਬਟ ਹੁਣ ਮੈਂ ਕੀਤੀ ਪ੍ਰਮੋਸ਼ਨ ਭੈਣ ਚੋਦੀ ਆ ਕਿ ਹਾਂ ਨਹੀਂ ਪੈਸੇ ਵਧੂਗੇ ਜੇ ਉਹ ਇੱਦਾਂ ਉੱਦਾਂ ਘੰਟਾ ਕੁਛ ਨਹੀਂ ਹੋਣਾ ਪ੍ਰਮੋਸ਼ਨ ਵਾਲੇ ਗਏ ਬਾਅਦ 'ਚ ਮੰਮੀ ਅਗਲੀ ਵਾਰ ਮੈਨੂੰ ਨਾ ਦੇਣ ਦਫਾ ਕਰ ਕੋਈ ਚੱਕਰ ਨਹੀਂ ਇੱਕ ਵਾਰੀ ਤਾਂ ਮਿਲੀ ਨਾ ਪਰ ਮੈਂ ਆਪਣਾ ਜੋ ਖੱਟਿਆ ਮੈਂ ਤੁਹਾਡੇ ਕੋਲ ਗਿਆ ਮਾਵਾਂ ਕਿ ਹਾਂ ਤੁਹਾਡੇ ਕੋਲ ਖਰਾਬ ਕਰਾਵਾਂ ਤੁਸੀਂ ਵੀ ਮਿਹਨਤ ਕਰਕੇ ਕਮਾਉਂਦੇ ਹੋ ਨਾਲੇ ਫ੍ਰੀ 'ਚ ਮੈਨੂੰ ਦੇਖਦੇ ਪਏ ਹੋ ਸੋ ਮੈਂ ਨੁਕਸਾਨ ਨਹੀਂ ਕਰਨਾ ਚਾਹੁੰਦਾ ਸੋ ਇੱਦਾਂ ਚੀਜ਼ਾਂ ਇਗਨੋਰ ਕਰਿਆ ਕਰੋ ਅਤੇ ਇਹੋ ਜਿਹੇ ਫੁੱਦੂ ਇਨਫਲੂਐਂਸਰ ਵੀ ਮਤਲਬ ਪਟਾਕੇ ਵਰਗੀ ਦੀਵਾਲੀ ਦੇ ਮੈਂ ਵੀ ਬੜੇ ਪਟਾਕੇ ਵਜਾਉਂਦਾ ਰਿਹਾ ਅਤੇ ਇਹੋ ਜਿਹੇ ਪਟਾਕੇ ਵਜਾਉਣ 'ਚ ਮੈਂ ਕੋਈ ਯਕੀਨ ਨਹੀਂ ਰੱਖਦਾ ਜਿਹੜੇ ਪਟਾਕੇ ਪਹਿਲਾਂ ਹੀ ਫੁੱਸ ਹੋ ਚੁੱਕੇ ਹੁੰਦੇ ਆ ਇਹਨਾਂ ਦਾ ਨਾਮ ਹੈਗਾ ਐਚ ਸੋਢੀ ਹਰਨੀਤ ਕਿ ਹਰਮੀਤ ਕੁਛ ਇੱਦਾਂ ਨਾਮ ਆ ਸੋਢੀ ਸਾਹਿਬ ਇਹਨਾਂ ਦਾ ਕੰਟੈਂਟ ਦੇਖਣ ਵਾਲਾ ਬੜਾ ਪਰਿਵਾਰਿਕ ਕੰਟੈਂਟ ਆ ਦੇਖੋ ਜੀ ਪਹਿਲਾਂ ਤਾਂ ਇਹ ਨੋਰਮਲ ਜੀ ਵੀਡੀਓਸ ਪਾਉਂਦੇ ਸੀਗੇ ਸਿੱਧੂ ਮੂਸੇਵਾਲੇ ਦੇ ਜਾਣ ਤੋਂ ਬਾਅਦ ਇਹਨਾਂ ਦੇ ਗਾਣੇ ਆਉਂਦੇ ਉਹਨਾਂ ਦੀ ਰੀਲਾਂ ਪਾਉਣੀਆਂ ਸ਼ੁਰੂ ਕੀਤੀਆਂ ਅਤੇ ਓਬਵੀਅਸ ਥੋੜ੍ਹੀ ਹਾਈ ਮਿਲ ਗਈ ਕਿਉਂਕਿ ਲੋਕ ਸਿੱਧੂ ਦੀ ਆਵਾਜ਼ ਨੂੰ ਸਿੱਧੂ ਦੇ ਗਾਣੇ ਨੂੰ ਪਿਆਰ ਕਰਦੇ ਆ ਐਂਡ ਹਾਂ ਉਹ ਤੋਂ ਕੁੜੀ ਬਣਾਵੇ ਥੋੜ੍ਹੀ ਜਿਹੀ ਸੋਹਣੀ ਆ ਫਿਲਟਰ ਲਾ ਕੇ ਥੋੜ੍ਹੀ ਹੋਰ ਸੋਹਣੀ ਹੋ ਗਈ ਐਂਡ ਸ਼ੀ ਹੈਵ ਗੁੱਡ ਫਿਗਰ ਲੋਕਾਂ ਨੇ ਕੋਈ ਨਾ ਆਪਾਂ ਦੇਖਦੇ ਹਾਂ ਅਤੇ ਉਹੀ ਹਿਸਾਬ ਹੁੰਦਾ ਇਹਨਾਂ ਨਾਲ ਇਹਨਾਂ ਦੀ ਵੀਡੀਓ ਵਿੱਚ ਕੁਛ ਨਹੀਂ ਆ ਸਿੰਪਲ ਵੀਡੀਓ ਇੱਦਾਂ ਚੱਲਦਾ ਗੱਡੀ ਆ ਗਈ ਤਾਂ ਐਂ ਘੁੰਮ ਗਏ ਗਨ ਆ ਗਈ ਤਾਂ ਐਂ ਕਰਤਾ ਬਸ ਥੋੜ੍ਹਾ ਜਿਹਾ ਅੱਗੇ ਥੋੜ੍ਹਾ ਜਿਹਾ ਪਿੱਛੋਂ ਮਾੜਾ ਮੋਟਾ ਆਪਣੇ ਆਪ ਨੂੰ ਦਿਖਾ ਲਿਆ ਪਤਾ ਲੋਕਾਂ ਨੇ ਜੋ ਦੇਖਣਾ ਉਹ ਚੀਜ਼ ਆਪਾਂ ਪੂਰੀ ਕਰ ਦਈਏ ਅਤੇ ਨਾਲ ਹੀ ਆਪਾਂ ਫੇਮਸ ਇਹੋ ਜਿਹੇ ਵੀ ਕੈਨੇਡਾ ਦੇ ਵਿੱਚ ਲੋਕ ਹੈਗੇ ਕਿ ਹਾਂ ਨਹੀਂ ਠੀਕ ਆ ਪਤਾ ਨਹੀਂ ਭੈਣ 'ਚੋਂ ਮੈਂਟਲ ਹੈਲਥ ਤੁਹਾਡੀ ਕਿੱਥੇ ਪਹੁੰਚੀ ਪਈ ਆ ਸਿਰ ਦੇਣਾ ਕਿੱਥੇ ਆ ਸਰਾਣੇ 'ਚ ਉਹ ਤਾਂ ਭੈਣ 'ਚੋਂ ਘਰ ਦੇ ਨੇ ਦਿੱਤਾ ਹੋਣਾ ਪੜਦੇ ਪਿੱਛੇ ਸਾਡੇ ਤਾਂ ਬੱਚਿਆਂ ਲਈ ਗਾਂਧੀ ਭਾਅ ਛੱਡਿਆ ਭੈਣ 'ਚੋਂ ਅਸੀਂ ਤਾਂ ਇੱਜ਼ਤ ਕਮਾਉਂਦੇ ਰਹਿ ਗਏ ਅਤੇ ਇਹ ਤਾਂ ਘੂਸਿਆ ਹੋਰ ਫੇਮਸ ਹੋ ਸਕਦੇ ਇੱਕ ਤਾਂ ਨਾ ਬੰਦਾ ਹੁੰਦਾ ਨਾ ਬਰਾੜ ਐਕਸੋ ਕੁਛ ਇੱਦਾਂ ਦੀ ਸਨੈਪਚੈਟ ਆ ਬਹੁਤ ਕੁਛ ਪਿਆ ਭੈਣ 'ਚੋਂ ਉਹਨਾਂ ਦੋਨਾਂ ਦਾ ਤੁਹਾਡੇ ਬਾਰੇ ਵੀ ਗੱਲਾਂ ਬਹੁਤ ਪਤਾ ਆ ਪਰ ਚਲੋ ਦੈਟਸ ਯੋਰ ਪਰਸਨਲ ਲਾਈਫ ਆਪਾਂ ਕੀ ਬੋਲਣਾ ਪਰ ਹਾਂ ਕਹਿੰਦੇ ਆ ਕਿ ਹਾਂ ਜਦੋਂ ਜ਼ਿਆਦਾ ਸਿਰ 'ਤੇ ਚੜੀ ਉਦੋਂ ਫਿਰ ਥੱਲੇ ਲਾਉਣਾ ਪੈ ਜਾਂਦਾ ਉਹਨਾਂ ਬਾਰੇ ਜੇ ਗੱਲ ਕਰਨੀ ਹੋਈ ਆ ਉਹ ਬਾਅਦ 'ਚੋਂ ਦੇਖਾਂਗੇ ਪਰ ਬਾਕੀ ਇਹ ਕਿੱਦਾਂ ਦੀ ਰੀਲਾਂ ਬਣਾਉਂਦੇ ਆ ਆ ਵੀ ਤੁਹਾਨੂੰ ਉਹ ਵੀ ਦਿਖਾ ਦਿੰਦੇ ਕਿ ਹਾਂ ਕਿਆ ਟੈਲੈਂਟ ਹੈ ਦੀਦੀ ਮੈਂ ਇਹਨੂੰ ਤਾਂ ਭੈਣ ਕਹਿੰਦੇ ਵੀ ਸ਼ਰਮ ਆਉਂਦਾ ਕਲੰਕ ਉਹੋ ਜਿਹੇ ਨਾਂ 'ਤੇ ਵੀ ਸਾਡੀ ਜ਼ਿੰਦਗੀ ਆ ਠਾ ਬਲੀਏ ਸਾਨੂੰ ਐਰੇ ਗੈਰੇ ਦੀ ਨਹੀਂ ਪਰਵਾਹ ਬਲੀਏ ਇਹ ਗਾਣਾ ਬੜੇ ਜਣਿਆਂ ਨੇ ਸੁਣਿਆ ਹੋਣਾ ਬੜੇ ਜਣਿਆਂ ਨੂੰ ਪਸੰਦ ਹੋਣਾ ਮੈਨੂੰ ਨਹੀਂ ਪਸੰਦ ਕੋਈ ਹੇਟ ਨਹੀਂ ਹੈਗੀ ਸਿੰਗਰ ਦੇ ਨਾਲ ਬਟ ਨਹੀਂ ਪਸੰਦ ਪਰ ਆਪਣੇ ਆਪ ਨੂੰ ਕੂਲ ਦਿਖਾਉਣ ਲਈ ਕੀ ਪਾ ਰਿਹਾ ਸਾਡੀ ਜ਼ਿੰਦਗੀ ਠਾ ਬਲੀਏ ਸਾਨੂੰ ਕਿਸੇ ਦੀ ਨਹੀਂ ਪਰਵਾਹ ਅੱਛਾ ਜੀ ਫਿਰ ਕਮੈਂਟ ਸੈਕਸ਼ਨ ਕੋਈ ਲਿਮਿਟਡ ਆ ਆਹ ਤੁਹਾਡੀ ਉਹ ਸਕਰੀਨਸ਼ੋਟ ਮਾਰੇ ਕਮੈਂਟਾਂ 'ਚ ਜਿਹੜੇ ਜਿਹੜੇ ਪਤਾ ਕਿ ਹਾਂ ਵਧੀਆ ਕਮੈਂਟ ਕਰਦੇ ਆ ਉਹਨਾਂ ਦਾ ਓਕੇ ਹੋ ਜਾਂਦਾ ਪਹਿਲਾਂ ਕਿ ਹਾਂ ਜਿਹੜੇ ਇੱਕ ਆਡੀਅੰਸ ਸੈੱਟ ਬੈਠੀ ਹੁੰਦੀ ਨਾ ਉਹ ਸਹੀ ਰਹਿੰਦਾ ਬਟ ਜਦੋਂ ਪਤਾ ਕਿ ਹਾਂ ਨਹੀਂ ਇਹ ਸਾਲੀ ਆਈਟਮ ਇਹ ਉਹ ਬਲਾ ਬਲਾ ਲੋਕਾਂ ਦੀ ਗਲਤੀ ਆ ਕਿ ਭੈਣ 'ਚੋਂ ਕੁੜੀਆਂ ਨੂੰ ਇਸ ਗੱਲਾਂ ਨੂੰ ਇੱਦਾਂ ਕਹਿ ਕੇ ਜੱਜ ਕਰਦੇ ਆ ਬਟ ਟੂ ਬੀ ਓਨੈਸਟ ਆਪਾਂ ਇਹ ਵਾਲੇ ਬੰਦੇ ਹੈ ਨਹੀਂਗੇ ਨਾ ਹੀ ਤੁਹਾਨੂੰ ਜੱਜ ਕਰਾਂਗੇ ਇਸ ਚੀਜ਼ ਤੋਂ ਪਰ ਕੀ ਹੋਇਆ ਤੁਹਾਨੂੰ ਤਾਂ ਐਰੇ ਗੈਰੇ ਦੀ ਪਰਵਾਹ ਨਹੀਂ ਅਤੇ ਭੈਣ 'ਚ ਕਮੈਂਟ ਸੈਕਸ਼ਨ ਕਿਉਂ ਹੁੰਦੇ ਪਏ ਸਰਦਾਰੀ ਵਰਡ ਦਾ ਯੂਜ਼ ਵੀ ਦੇਖ ਲਓ ਸਰਦਾਰੀ ਸਰਾਊਂਡ ਅਬਾਊਟ ਕਿ ਹਾਂ ਟਰਬਨ ਗਾਏ ਆਪਾਂ ਸਰਦਾਰ ਬੰਦੇ ਸਰਦਾਰੀ ਮੀਨਸ ਕਿ ਆਪਾਂ ਕੀ ਕਿੱਦਾਂ ਐਕਸਪਲੇਨ ਕਰਾਂ ਹੁਣ ਤੁਹਾਨੂੰ ਹੁਣ ਸਾਡਾ ਮੈਨੂੰ ਨਹੀਂ ਕਹਿੰਦਾ ਲਾਈਕ ਠੁੱਕ ਇੱਕ ਕਹਿ ਸਕਦੇ ਹੋ ਚੜ੍ਹਾਈ ਜਾਂ ਕਹਿ ਸਕਦੇ ਹੋ ਲਾਈਕ ਰਾਜ ਕਾਇੰਡ ਆਫ ਕਿ ਹਾਂ ਨਹੀਂ ਸੁਣਦੇ ਮਤਲਬ ਕਿ ਟੌਰ ਆ
ਬੀਬਾ ਜੱਟ ਦੀ ਆ ਚੱਲੇ ਸਰਦਾਰੀ ਸਰਦਾਰੀ ਅਬਾਊਟ ਵਾਟ ਕੀ ਹਾਂ ਆਪਾਂ ਪਾਲੇ ਛੋਟੇ ਮੋਟੇ ਕੱਪੜੇ ਥੋੜ੍ਹੀ ਜਿਹੀ ਆਪਣੀ ਕਲੀਵੇ ਦਿਖਾਤੀ ਅਤੇ ਥੋੜ੍ਹੇ ਐਕਸ਼ਨ ਉੱਦਾਂ ਮਾਰਤੇ ਅਤੇ ਹਾਂ ਬੀਬਾ ਜੱਟ ਦੀ ਆ ਚੱਲੇ ਸਰਦਾਰੀ ਇਹਨੂੰ ਸਰਦਾਰੀ ਨਹੀਂ ਭੈਣ ਚੋ ਆਪਣੇ ਮਾਂ ਪਿਓ ਦੇ ਇਰਾਦਿਆਂ ਉੱਤੇ ਗਰਦਾਰੀ ਕਹਿੰਦੇ ਆ ਪਰ ਤੁਹਾਨੂੰ ਕਿੱਥੋਂ ਆਉਣਾ ਸੀਗਾ ਯੂ ਆਰ ਸੋ ਓਲਡ ਮਾਈਂਡਡ ਓਲਡ ਸਕੂਲ ਪਰਸਨ ਆਪ ਇੰਡੀਆ ਵਾਲੇ ਐਸੇ ਹੋ ਸਾਡੇ ਵੀ ਇੱਥੇ ਪਾਉਂਦੇ ਆ ਕੱਪੜਿਆਂ ਤੋਂ ਪਹਿਲਾਂ ਵੀ ਕਹਿੰਦਾ ਅਸੀਂ ਜੱਜ ਨਹੀਂ ਕਰੀਦਾ ਬਟ ਆਪਣਾ ਨੂੰ ਰੀਪ੍ਰਜੈਂਟ ਕਿੱਦਾਂ ਕਰਦੇ ਹੋ ਤੁਹਾਨੂੰ ਵੀ ਖੂਬ ਪਤਾ ਇੰਨੇ ਵਿਚਾਰੇ ਨਾ ਬਣਿਆ ਕਰੋ ਕਿ ਹਾਂ ਲੋਕਾਂ ਦਾ ਮਾਇੰਡ ਕਿੰਨਾ ਖਰਾਬ ਆ ਜੀ ਉਹ ਸਾਡੇ ਕੱਪੜੇ ਜੱਜ ਕਰਦੇ ਆ ਕਿ ਸਾਡੀ ਫਿਗਰ ਸਾਰੇ ਕੋਲ ਫਿਗਰ ਆ ਸਾਰੇ ਕੋਲ ਕੱਪੜੇ ਹੈਗੇ ਆ ਬਥੇਰੀਆਂ ਸੋਹਣੀਆਂ ਬੈਠੀਆਂ ਤੇਰੇ ਤੋਂ ਤੇਰੇ ਵਾਂਗੂ ਚਵਲ ਨਹੀਂ ਹੈਗੀਆਂ ਪਰ ਕੀ ਕਹਿੰਦੇ ਆ ਤੁਹਾਨੂੰ ਪਤਾ ਖੂਬ ਪਤਾ ਕਿ ਹਾਂ ਠਰਕੀ ਆਡੀਅੰਸ ਆ ਆਪਣੇ ਨੂੰ ਰੀਪ੍ਰਜੈਂਟ ਉੱਦਾਂ ਕਰਾਂਗੇ ਅਤੇ ਥੋੜ੍ਹੇ ਫੇਮਸ ਹੋ ਜਾਵਾਂਗੇ ਨਹੀਂ ਯਕੀਨ ਆਹ ਮਾੜਾ ਹੋਰ ਚੈੱਕ ਕਰ ਲਓ ਕਿੱਥੇ ਟੱਕ ਕਿੱਥੇ 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 ਛਾਤੀ ਵਾਲੇ ਟੱਕ ਵੇ ਠੀਕ ਆ ਜੇ ਇਹ ਜਿਹੜੇ ਟੱਕ ਹੈਗੇ ਨਾ ਤੁਹਾਡੇ ਲਾਈਕ ਅਬਾਊਟ ਯੂਰ ਕਲੀਵੇਜ ਜੇ ਛਾਤੀ ਵਾਲੇ ਟੱਕ ਵੇ ਤਾਂ ਹੀ ਤੁਸੀਂ ਇੱਥੇ ਤੱਕ ਵੇ ਅਗਰ ਤੁਸੀਂ ਮੁੰਡਾ ਹੁੰਦੇ ਨਾ ਰਹਿਣਾ ਨਹੀਂ ਸੀ ਕੱਖ ਵੇ ਕੁਛ ਨਹੀਂ ਬਣਨਾ ਸੀਗਾ ਦੇਖੋ ਯਾਰ ਦੇਖੋ ਫੋਰ ਐਗਜ਼ਾਮਪਲ ਆ ਹੁਣ ਆਹੀ ਗੱਲ ਮੁੰਡਾ ਕਰਿਆ ਇੱਦਾਂ ਖੜਾ ਖੜਾ ਆਰਾਮ ਨਾਲ ਛਾਤੀਆਂ ਦੇ ਟੱਕ ਵੇ ਫੇਮਸ ਹੋ ਗਿਆ ਨਾ 30-40 ਯਾਰ ਲਾਈਕ ਨੋ 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 ਕੁੜੀ ਨੂੰ ਪਤਾ ਕਿ ਹਾਂ ਕਿਹੜੇ ਗੱਲ ਨੂੰ ਕਿੱਦਾਂ ਰੀਪ੍ਰਜੈਂਟ ਕਰਨਾ ਉਹ ਕੀ ਚੀਜ਼ ਸ਼ੋਅ ਕਰਨੀ ਆ ਜਾਂ ਕਿਵੇਂ ਦਾ ਆਪਾਂ ਐਕਸ਼ਨ ਕਰਨਾ ਆ ਕਿ ਹਾਂ ਲੋਕਾਂ ਨੇ ਕਮੈਂਟ ਵਿੱਚ ਹਾਸਾ ਮਜ਼ਾਕ ਕਰਨ ਨੂੰ ਜਲੂਸ ਕੱਢਣ ਨੂੰ ਆਪਾਂ ਨੂੰ ਘੰਟਾ ਨਹੀਂ ਫਰਕ ਕੀ ਆ ਕਿ ਨਹੀਂ ਵਿਊਜ਼ ਲਾਈਕਸ ਫੇਮਸ ਫੋਲੋਅਰ ਓ ਮਾਈ ਗੋਡ ਚੜਾਈ ਆ ਵੱਜੇ ਚੜਾਈ ਆ ਗਏ ਮੇਰਾ ਦਿਲ ਵੀ ਨਹੀਂ ਕਰਦਾ ਲਗਾਉਣ ਨੂੰ ਤੈਨੂੰ ਟੈਟੂ ਕਿਹਨੇ ਕਿਹਾ ਸੀ ਬਣਾਉਣ ਨੂੰ ਇਧਰ ਐਂਜਲ ਭਾਬੀ ਦਾ ਹਾਲ ਵੀ ਬੜਾ ਬੁਰਾ ਹੋਇਆ ਪਿਆ ਹੈ ਕੰਮ ਇੰਨਾ ਕਰ ਚੁੱਕਿਆ ਕਿ ਉਹਨੂੰ ਸਮਝ ਨਹੀਂ ਆਉਂਦਾ ਕਰਨਾ ਕੀ ਆ ਆਪ ਹੀ ਟੈਟੂ ਬਣਾਉਣ ਦੇ ਆਪਣੇ ਹਸਬੰਡ ਦਾ ਨਾਮ ਲਿਖਾਉਣ ਦੇ ਆ ਤੇ ਗਾਣਾ ਲਾਉਣ ਦੇ ਆ ਤੈਨੂੰ ਟੈਟੂ ਕਿਹਨੇ ਉਹ ਭੈਣ ਜੋ ਵੰਸ਼ੂ ਨੇ ਕਿਹਾ ਸੀ ਮੈਨੂੰ ਵੰਸ਼ੂ ਦਾ ਵੀ ਗੱਲ ਕਰਨੀ ਤੁਹਾਨੂੰ ਮੈਂ ਸ਼ਾਇਦ ਮੈਂ ਅਗਲੀ ਵੀਡੀਓ ਵੰਸ਼ੂ ਉੱਪਰ ਬਣਾਵਾਂ ਮੇ ਬੀ ਇਹਨੇ ਪੋਜ਼ਿਟਿਵ ਵੇ ਉਹਦੇ ਬਾਰੇ ਕੁਛ ਪਤਾ ਚੱਲਿਆ ਆ ਅਬਾਊਟ ਹਿਜ਼ ਮੈਂਟਲ ਹੈਲਥ ਜਾਂ ਕੁਛ ਚੀਜ਼ਾਂ ਬਾਰੇ ਆਪਾਂ ਉਹ ਵੀ ਗੱਲ ਕਰਾਂਗੇ ਠੀਕ ਹੈ ਅਤੇ ਉਹ ਵੀਡੀਓ ਜ਼ਰੂਰ ਦੇਖਣੀ ਆ ਅਤੇ ਕੁਛ ਜ਼ਰੂਰੀ ਗੱਲਾਂ ਕਰਾਂਗੇ ਮੈਂ ਹਜੇ ਵੰਸ਼ੂ ਨਾਲ ਗੱਲ ਨਹੀਂ ਕੀਤੀ ਉਹਨੂੰ ਆਪਣਾ ਨੰਬਰ ਸੈਂਡ ਕੀਤਾ ਮੈਂ ਅਤੇ ਅਗਲੀ ਵੀਡੀਓ 'ਚ ਸ਼ਾਇਦ ਇਹਦੀ ਆਪਾਂ ਗੱਲ ਕਰਾਂਗੇ ਅਤੇ ਜੋ ਵੀ ਹੋਇਆ ਜਿੱਦਾਂ ਵੀ ਕਿਹਾ ਅਗਰ ਉਹਨੇ ਕਿਹਾ ਕਿ ਹਾਂ ਮੈਨੂੰ ਹੈਲਪ ਦੀ ਲੋੜ ਆ ਤਾਂ ਜ਼ਰੂਰ ਵੰਸ਼ੂ ਬਰੋ ਕੋਈ ਚੱਕਰ ਨਹੀਂ ਤੇਰੇ ਨਾਲ ਆ ਆਪਾਂ ਹਾਸਾ ਮਜ਼ਾਕ ਤਾਂ ਹੁੰਦਾ ਰਹਿੰਦਾ ਪਰ ਜ਼ਿੰਦਗੀ ਤੋਂ ਜਾਂ ਆਪਣੇ ਮੈਂਟਲ ਹੈਲਥ ਤੋਂ ਉੱਪਰ ਹਾਸਾ ਮਜ਼ਾਕ ਉਹ ਵੀ ਚੰਗਾ ਨਹੀਂ ਹੈਗਾ ਤੈਨੂੰ ਜਿਹੜੀ ਮਰਜ਼ੀ ਲੋੜ ਹੋਵੇ ਤੂੰ ਦੱਸੀ ਇੱਥੇ ਬੈਠੇ ਹਾਂ ਅਤੇ ਆਓ ਮਾੜੀ ਜਿਹੀ ਇੱਕ ਦੋ ਰੀਲਾਂ ਹੋਰ ਦਿਖਾ ਦਈਏ ਇਹਨਾਂ ਦਾ ਟੈਲੈਂਟ ਵੀ ਪਰ ਉਹ ਕੁੜੀ ਨੇ ਮੇਰਾ ਇੰਨਾ ਕੁ ਸਾਥ ਦਿੱਤਾ ਯਾਰ ਮੈਨੂੰ ਕਹਿੰਦੇ ਭੁੱਖਾ ਨਹੀਂ ਰਹਿਣ ਦਿੱਤਾ ਭਾਜੀ ਭੁੱਖੇ ਰਹਿਣਾ ਕਿੱਥੋਂ ਆ ਜਦੋਂ ਵਿਆਹ ਨਹੀਂ ਹੋਇਆ ਸੀ ਬਲੌਗਾਂ ਨੂੰ ਵਿਊ ਵੀ ਘੱਟ ਆਉਂਦੇ ਸੀਗੇ ਵਿਆਹ ਹੋਣ ਤੋਂ ਬਾਅਦ ਬਲੌਗਾਂ ਦਾ ਵਿਊ ਐਂ ਚੜ੍ਹੇ ਉੱਪਰ ਜਿੱਦਾਂ ਕਿ ਭੈਣ ਚੋਂ ਬਾਂਦਰ ਦੇ ਕੇ ਕੇਲੇ ਵਾਲੇ ਪੇੜ ਨੂੰ ਚੜ੍ਹਦਾ ਤਾਂ ਉਹਨੂੰ ਪੈਸੇ ਆਉਣੇ ਆ ਭੁੱਖੇ ਕਿੱਥੇ ਰਹਿਣਾ ਅਗਲੀ ਬਾਹਰ ਚੱਲ ਗਈ ਹੈ ਬਾਹਰ ਜਾ ਕੇ ਕੰਮ ਕਰਦੀ ਵੀ ਪੜ੍ਹਾਈ ਕਰਦੀ ਵੀ ਨਾਲ ਦੇ ਨਾਲ ਵਲੌਗ ਬਣਾ ਰਹੀ ਹੈ ਵਲੌਗ ਬਣਾ ਕੇ ਚਲੋ ਉਹਦੇ ਘੜ ਬਾਹਰ ਲਗਾਤੇ 'ਚ ਪੈਸੇ ਆਉਣੇ ਸੀ ਪਹਿਲਾਂ ਇੰਡੀਆ ਵਾਲੇ 'ਚ ਵੱਜਦੇ ਸੀ ਨਾ ਭੁੱਖੇ ਨਹੀਂ ਮਰਦੀ ਵੀਰ ਜੀ ਪਰ ਫੇਰ ਵੀ ਤੁਸੀਂ ਕਈ ਨੇ ਕਹਿਣਾ ਯਾਰ ਇਸ ਨੇ ਤੂੰ ਤੁਹਾਡੀ ਹੈਲਪ ਕੀਤੀ ਦੇਖੋ ਮੈਂ ਬਾਰ ਬਾਰ ਕਹਿੰਦਾ ਹਰ ਬੰਦੇ ਦੀ ਦੋ ਪਰਸਨੈਲਿਟੀਜ਼ ਹੁੰਦੀਆਂ ਉਹਨੇ ਆਫਲਾਈਨ ਹੈਲਪ ਕੀਤੀ ਆਪਾਂ ਆਫਲਾਈਨ ਗੱਲ ਕਰਦੇ ਹਾਂ ਮੈਨੂੰ ਉਹਦੇ ਜ਼ਿੰਦਗੀ ਦਾ ਕੋਈ ਲੈਣਾ ਦਾ ਨਹੀਂ ਹੈਗਾ ਆਪਾਂ ਇੱਥੇ ਕੰਟੈਂਟ ਦੀ ਗੱਲ ਕਰਦੇ ਪਏ ਸੋ ਕੰਟੈਂਟ ਵਾਲੀ ਗੱਲ ਕਰਾਂਗੇ ਬਾਕੀ ਦਿਲੋਂ ਰਿਸਪੈਕਟ ਆ ਬਰੋ ਤੂੰ ਪਹਿਲਾਂ ਵੀ ਹੈਲਪ ਕੀਤੀ ਸੀ ਉਸ ਚੀਜ਼ ਦੀ ਕਿ ਹਾਂ ਜਦੋਂ ਹੜ੍ਹ ਆਏ ਆ ਅਤੇ ਉਮੀਦ ਕਰਦਾ ਕਿ ਹਾਂ ਤੇਰੇ 'ਚ ਪੰਜਾਬੀਅਤ ਅਤੇ ਇਨਸਾਨੀਅਤ ਦੋਨੋਂ ਜਾਗਦੀ ਰਹੇ ਪਰ ਭੁੱਖਾ ਤੂੰ ਨਹੀਂ ਮਾਰਦਾ ਤੈਨੂੰ ਇੰਨੀ ਗੱਲ ਮੈਂ ਕਹਿ ਦਿੰਦਾ ਟੁੰਨੂ ਜੀ ਓਕੇ ਠੀਕ ਆ ਮੇਰੇ ਕੋਲ ਟੁੰਨੂ ਨਹੀਂ ਹੈਗਾ ਨਾ ਮੇਰਾ ਕੈਮਰਾ ਫੜਨ ਵਾਲਾ ਨਹੀਂ ਤਾਂ ਮੈਂ ਵੀ ਐਂ ਤੁਰ ਕੇ ਜਾਵਾਂ ਫਿਰ ਐਂ ਤੁਰ ਕੇ ਇੱਧਰ ਜਾਵਾਂ ਇਹ ਕੰਟੈਂਟ ਆ ਇਹ ਟੈਲੈਂਟ ਆ ਲਾਈਕ ਕੋਈ ਐਕਸਟਰਾ ਆਰਡਨਰੀ ਥਿੰਗ ਹੈ ਜਿਹੜੇ ਕੋਈ ਨੋਰਮਲ ਪਰਸਨ ਨਹੀਂ ਕਰ ਸਕਦੀ ਪਰ ਨਾ ਦੇ ਹੈਵ ਨੰਬਰ ਆਫ ਫੋਲੋਅਰਸ ਸ਼ੋ ਕਰ ਸਕਦੇ ਮੇਰਾ ਬੇਸਿਕਲੀ ਵੀਡੀਓ ਬਣਾਉਣ ਦਾ ਮਤਲਬ ਤੁਹਾਨੂੰ ਮੈਂ ਕੀ ਆ ਉਹਦੇ ਬਾਰੇ ਦੱਸ ਦਿੰਦਾ ਅਤੇ ਇੱਕ ਤੁਹਾਨੂੰ ਮੈਨੂੰ ਤੁਹਾਡੀ ਛੋਟੀ ਜਿਹੀ ਹੈਲਪ ਵੀ ਚਾਹੀਦੀ ਉਹ ਵੀ ਦੱਸ ਦਿੰਦਾ ਇੱਕ ਹੁਣ ਮਾੜਾ ਸੈੱਟ ਜਿਹਾ ਹੋ ਗਿਆ ਬੈਲਨ ਦੋ ਦੇਖੋ ਇਟਸ ਨੋਟ ਅਬਾਊਟ ਓਨਲੀ ਕੈਨੇਡਾ ਕੈਨੇਡਾ ਵਿੱਚ ਅਮੈਰੀਕਾ ਵਿੱਚ ਆਸਟ੍ਰੇਲੀਆ ਵਿੱਚ ਯੂਕੇ ਵਿੱਚ ਬਹੁਤ ਬਾਹਰਲੀ ਕੰਟਰੀਆਂ ਵਿੱਚ ਆਪਣੇ ਪੰਜਾਬ 'ਚੋਂ ਬੱਚੇ ਗਏ ਆ ਐਂਡ ਮੈਂ ਅੱਜ ਉਹਨਾਂ ਦੀ ਗੱਲ ਕਰਨਾ ਚਾਹੁੰਦਾ ਹਾਂ ਕੈਨੇਡਾ ਵਿੱਚ ਕਈ ਕੁੜੀਆਂ ਨੂੰ ਕੰਮ ਨਹੀਂ ਮਿਲਦਾ ਪਿਆ ਕਈ ਮੁੰਡਿਆਂ ਨੂੰ ਕੰਮ ਨਹੀਂ ਮਿਲਦਾ ਪਿਆ ਬਹੁਤ ਇਹਦੀ ਚੀਜ਼ ਚੱਲਦੀ ਪਈ ਆ ਹੁਣ ਕਈ ਵਾਰੀ ਰਹਿਣ ਸਹਿਣ ਦਾ ਦੇਖਣਾ ਪੈਂਦਾ ਘਰ ਨਹੀਂ ਮਿਲਦੇ ਪਏ ਮੇਰੀ ਪਰਸਨਲ ਲਾਈਫ 'ਚ ਇੱਦਾਂ ਜਗ੍ਹਾ ਚੱਲਦਾ ਕਿ ਹਾਂ ਮੇਰੀ ਆਪਣੀ ਨੂੰਹ 'ਚੋਂ ਜਿੰਨਾ ਮੈਂ ਰਿਲੇਸ਼ਨ 'ਚ ਕਿ ਹਾਂ ਉਹਨੂੰ ਘਰ ਨਹੀਂ ਮਿਲਦਾ ਪਿਆ ਉਹ ਪ੍ਰੋਬਲਮ ਸਿਰ 'ਤੇ ਕਿ ਹਾਂ ਜਿਹੜੇ ਅਮੈਰੀਕਾ ਰਹਿ ਰਹੇ ਕੁਛ ਕਿਤੇ ਹੋਰ ਰਹਿ ਰਹੇ ਆ ਟਰੱਕ ਦੀ ਜੋਬ ਕਰਦੇ ਪਏ ਕੁਛ ਵੀ ਕਰਦੇ ਪਿਆ ਉਹ ਵੱਖਰੀਆਂ ਜ਼ਿੰਮੇਵਾਰੀਆਂ ਸਿਰ 'ਤੇ ਸਾਰਾ ਕੁਛ ਕਈਆਂ ਨੂੰ ਨਹੀਂ ਕਰ ਹੋ ਰਿਹਾ ਕਈ ਇੰਨੇ ਔਖੇ ਹੋਏ ਪਏ ਆ ਕਿੰਨੇ ਸੌਖੇ ਹੋਏ ਪਏ ਬਟ ਉਹਨਾਂ ਬਾਰੇ ਕੋਈ ਗੱਲ ਨਹੀਂ ਕਰਦਾ ਉਹਨਾਂ ਲਾਈਕ ਕੈਨੇਡਾ ਬੈਠੇ ਅਮਰੀਕਾ ਬੈਠੇ ਆਸਟ੍ਰੇਲੀਆ ਬੈਠੇ ਜੀ ਐਸ਼ ਆ ਜੀ ਐਸ਼ ਕੋਈ ਚੱਕਰ ਨਹੀਂ ਹੈਗਾ ਜੀ ਜ਼ਿੰਦਗੀ ਵਧੀਆ ਬਟ ਮੈਂ ਦਿਲੋਂ ਅਤੇ ਸੱਚੀ ਕਹਿਣਾ ਦਿਲੋਂ ਰਿਸਪੈਕਟ ਹੈ ਤੁਹਾਡੇ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਲਈ ਕਿ ਹਾਂ ਤੁਸੀਂ ਘਰ ਬਾਰ ਛੱਡ ਕੇ ਕੁੜੀਆਂ ਚਾਹੇ ਮੁੰਡੇ ਮੈਂ ਦੋਨਾਂ ਨੂੰ ਇਕੁਅਲ ਰੱਖਦਾ ਇਹ ਨਹੀਂ ਕਿ ਹਾਂ ਯਾਰ ਕੁੜੀ ਆਈ ਹੋਏ ਠੀਕ ਆ ਤੁਸੀਂ ਵੀ ਆਏ ਹੋ ਤੁਸੀਂ ਸਾਰਾ ਕੁਛ ਤੁਹਾਨੂੰ ਪਤਾ ਕੀ ਹੁੰਦਾ ਤਾਂ ਹੀ ਆਏ ਹੋ ਸੋ ਦਿਲੋਂ ਰਿਸਪੈਕਟ ਹੈ ਤੁਹਾਨੂੰ ਦੋਨਾਂ ਨੂੰ ਚਾਹੇ ਮੁੰਡੇ ਆ ਚਾਹੇ ਕੁੜੀਆਂ ਆ ਜਿੰਨੇ ਵੀ ਮੇਰੀ
दे आर जस्ट डूइंग गुड। इन्हों नू पैसे यूट्यूब तो इंस्टाग्राम तो स्नैपचैट तो या बाकी प्रमोशन तो पैसे आते हैं। सो ये तां थोड़ा स्टेबल हो बैठे आ। आई कैन चैलेंज ईच एंड एवरी वलॉगर जिहड़ा इधरों गया आ अपना यूट्यूब वगैरह इंस्टाग्राम सारा छड्ड के तुसीं एक साल कमाना आ कुछ नहीं कर होना इन्हां को लाले पैने इन्हां को भैन चुक करना की क्यों हड राम होए पे आ। ये ईजी जॉब लभ लू कि हाँ ठीक है मिल गया। इन्हों अप्रोच कर लेनी कंपनिया ने कि हाँ तुम साड़ी गड्डियों बेचो आ गए या कुछ ये करो क्योंकि तुहाडे को फॉलोअर्स आ गया इन्होंने काम मिल जाना। सो इन्हों तो देख के तुम ये चीज़ भी दिखनी कि हाँ कि नहीं कि यार इन्हों की जिंदगी वधिया इन्हों की माड़ी ना ताड़ी जिंदगी वधिया बिकॉज तुहानू पता कि रियल किवें रहना तो किवें अपनी जिंदगी अगे लैके जाना कि हाँ तुम कम किया रात कटिया जाग जाग के तुम दो डबल शिफ्टा लाइया फीसा कटिया सारा कुछ किया अपनी रोटी आप बनानी सीखी है आप कमानी सीखी है वो तुम मान करना है तो कोई इन्ना माड़ा टाइम किन्ना टाइम नहीं आता थोड़े टाइम नहीं आता चंगा टाइम भी आऊगा जो जिंदगी भर साधन पाऊगा तुम्हें रिश्तों की समझ आनी है तुम्हें पैसे की समझ आनी है पैसे की वैल्यू समझ आनी है तुम्हें हर एक चीज़ समझ आ जानी है कि हाँ अद्धे तो आ भी कही होनी है तो बाकी अपने जो बाहर होर कि बैठे जो छोटी कंट्रीज है जिदा कि दुबई या कुछ होर उन्होंने भी होर ज़्यादा रिस्पैक्ट है क्योंकि उत्थे पढ़ाई में बहुत घट जाते बट हाँ उत्थे जो वर्क काम हैगा इन्नी गर्मी से काम करते हो जो ट्रक वाले आ चाहे कोई लेबर च गया चाहे कोई इलैक्ट्रीशियन गया कुछ भी गया तो दिलों रिस्पैक्ट है। तुम वीडियो देखते मैंने कमेंट कर दो भाई घर छड़ने सौखे नहीं पे अपना घर अपने माँ प्यो अपनी वाइफ अपने बच्चे छड़ के जाते हैं। तो हम जी मेन गल करना चाहना इस चीज़ के उपर मैं एक प्रॉपर वीडियो बनाऊंगा विद सम प्रूफ या विद सम थिंग्स कि हाँ की है कि नहीं बट भाई यार जो मुंडे मैं पहले मुंडिया रिक्वेस्ट कर देना देखो अगर तुम कैनेडा अमरीका कितने भी रहने हो अगर तुम्हें पता कि हाँ वो कुड़ी ये नहीं भी पता उस बारे पता कर लो अगर तुम किसी कुड़ी को डेट भी कर रहे हो या तुम उन्होंने किसी ने फिजिकल हो रहे हो घूम रहे हो कुछ भी कर रहे हो जस्ट इन्ना पता मेक श्योर जरूर करो कि हाँ वो ब्याही तो नहीं इंडिया के या वो किसी ने इंगेजमेंट करके तो नहीं आई हुई किसी से पैसे लवा के तो नहीं आई हुई रिलेशन वाली तो गल बात ही होगी चलो ठीक है रिलेशन है कि नहीं धोखा मिलना जिन्होंने मिल जाना कोई चक्कर नहीं है हूँ जो किस्मत च लिखा वो होना बट हाँ यह भी पता कर लिया है नहीं ठीक है पता क्यों तुम्हें नहीं पता कि इंडिया बैठे जो बंदा वह दिमाग से की चलता पाया होना उस टाइम या दिल से की होना की बीतनी उस बंद कि जो पता लगना कि वो वाइफ किसी होर ना रो रही है रुक रही है खा रही है जा रही है। तो यही गल मैं कुड़ियों भी कहना चाहना कि तुम भी पक्के होने के चक्कर पैसों के चक्कर आ थोड़ा गोल्ड डिगर वाला काम बंद कर दो कि हाँ देखो तुम अपनी एक हिसाब की सीधी सीधी ना इज्जत बेच रहे इन द टर्म ऑफ कि आप रेंट का खर्चा कर रहे आप हाँ खाण पीन करिए राइडा फ्री हो जाए देखो वो थोड़े टाइम लिया वो तुम यूज तो करता ना तो बॉडी की वैल्यू तो लगती पी है ना वो भी ना करियो तो जड़िया कुड़ियों के जो मुंडे ये सब कामों तो दूर आ सिर्फ एक दोस्ती आ रही है थोड़ा अलग चलता पे उन्होंने दिलों सल्यूट है भाई तुम इदा रखियो क्योंकि तुम बचे हो जो रीप्रजेंट करोगे इंडिया में या अपनी फैमिली या अपने पंजाब या अपनी चीज़ों कि हाँ कुछ ऐसे लोग भी है तुम बाकी खुद होंगे ना मुड़ियों। तो मेन होर आप कुछ कहना नहीं है वीडियो अज इन्नी सी तो मैं अगर तुम्हें जी हेल्प की लड़ा वो है कि हाँ मैं जै रील्स कई बार देता रहना कि हाँ नवी नवी निबिया निबिया पहुंचे पे कनेडा जीडिया जाके कुछ ज़्यादा ही ओवर बन दिया पी अगर तुम्हें भी कुछ उन्होंने बारे पता तो मेरा इंस्टाग्राम अकाउंट है आही मेरा स्नैपचैट भी है कितने भी जाके मैंने उन्होंने रील्स या उन्होंने लिंक्स शेयर कर सकते हो या कुछ होर चीज़ दसना चाहते हो कि चीज़ा हो रही हैं वो भी आप करा अगर किसी धोखे धोखे मिल रहे कोई प्रूफ आ गए कुछ भी है तुम्हें लगता पाया कि हाँ नहीं कि यह चीज़ा हाँ देश के साड़ी कंट्री कैनेडा अमरीका कितने भी बढ़ रही हैं। सो आप उस टॉपिक भी कवर करा उन्हीं देर लिए थैंक यू सो मच तुम इतने तक वीडियो देखी तो सबसक्राइब जो नहीं किया जाके सबसक्राइब कर दियो मिलते हैं जल्दी नवी वीडियो उन्हीं देर लिए टाटा टेक केयर बाय बाय लव यू ऑल।